ਅੱਜ ਸਾਰੇ ਕੋਰਟ ਪਈ ਬੈਠੇ ਹੋ, ਸਰਦੀ ਲੱਗਣ ਡਈ ਹੈ। ਉਹ ਸਰਕਾਰ ਮਿਹਰਬਾਨੀ ਫਰਮਾਓ ਨਾ, ਇੱਕ ਬਾਰਿਸ਼ ਹੋਵੇ ਸਰਕਾਰ, ਸਾਡੇ ਸਾਰੀਆਂ ਫਸਲਾਂ ਤਬਾਹ ਪਈਆਂ ਹੁੰਦੀਆਂ ਨੇ। ਪੀਰ ਸਾਹਿਬ ਇਹ ਕਹਿੰਦੇ ਵੀ ਠੀਕ ਹੈ ਬਾਰਿਸ਼ ਜ਼ਰੂਰ ਹੋਏਗੀ, ਪਰ ਮੇਰੇ ਨਾਲ ਵਾਅਦਾ ਕਰੋ ਘਰੋਂ ਬਾਹਰ ਕੋਈ ਨਹੀਂ ਨਿਕਲੇਗਾ। ਪਤਾ ਨਹੀਂ ਕਿਹਨੂੰ ਸਮਝ ਆਈ ਇਸ ਗੱਲ। ਹਾਂਜੀ ਮੈਨੂੰ ਗੱਲ ਸਮਝੀ। ਉਹਨੇ ਕਹੇ ਜੀ ਸ਼ਰਤ ਹੈ, ਆਹ ਸ਼ਰਤ ਠੀਕ ਹੈ ਜੀ, ਉਹ ਬਾਹਰ ਨਾਲ ਗੱਲਾਂ ਬਾਈ ਜੀ ਨਹੀਂ ਬਾਹਰ ਆਉਂਦੇ। ਆਪਣੇ ਮਰੀਜ਼ਾਂ ਨੂੰ ਜਾਓ ਯਾਰ, ਜਾਓ ਸ਼ਹਿਰ ਤੋਂ ਬਾਲਟੀਆਂ ਲੈ ਕੇ ਆਓ। ਬਾਲਟੀ ਸਮਝ ਯਾਰ, ਗੋਲ ਜੀਆਂ ਜੀ ਉੱਥੇ ਡੰਡਾ ਲੱਗਾ ਹੁੰਦਾ, ਕੀ ਹੋ ਗਿਆ? ਉਹ ਬਾਲਟੀਆਂ ਲੈ ਕੇ ਆਓ ਸਰਕਾਰ, ਉਹ ਬਾਲਟੀਆਂ ਸਾਰੇ ਲੈ ਕੇ ਆ ਗਏ। ਉਹਨੇ ਕਿਹਾ ਪੁੱਤਰ ਜਾਓ, ਉਹ ਸਾਹਮਣੇ ਨਹਿਰ ਕੋਈ ਬਣਦੀ ਹੈ, ਇਹ ਭਰੀ ਜਾਓ ਅਤੇ ਸੁੱਟੀ ਜਾਓ, ਤੁਹਾਡੇ ਮੁਰਸ਼ਦ ਦੀ ਇੱਜ਼ਤ ਇੱਜ਼ਤ ਦਾ ਸਵਾਲ ਹੈ। ਉਹਨੇ ਮਸਕੀਨਾਂ ਦੋ ਦੋ ਬਾਲਟੀਆਂ ਚੁੱਕੀਆਂ, ਕੇਵਲਾ ਕਿੱਧਰ ਵੇਖਣਾ ਜੀ, ਦੋ ਦੋ ਬਾਲਟੀਆਂ ਚੁੱਕੀਆਂ, ਮਸਕੀਨ ਭਰਨ ਨਹਿਰ ਚੋਂ ਆ ਕੇ ਗਲੀਆਂ 'ਚ ਛੱਤਾਂ 'ਤੇ। ਹੁਣ ਬਾਲਟੀ ਸੁੱਟਣ ਲੱਗੀ ਜ਼ੋਰ ਤਾਂ ਲੱਗਦਾ ਹੀ ਹੈ, ਛੱਤਾਂ 'ਤੇ ਲੋਕਾਂ ਦੇ ਘਰਾਂ 'ਚ ਫਸਲਾਂ 'ਚ ਹਰ ਪਾਸੇ ਸਲਾਮ ਸਲਾਮ ਕਰਦਾ। ਉਸ ਵੇਲੇ ਉੱਠੇ 1400 ਗਵਾਹ, ਮੁਰਸ਼ਦ ਦੀ ਦੁਆ ਰੱਖ ਲਏ ਜੀ, ਹਰ ਪਾਸੇ ਬਾਰਿਸ਼ ਹੋ ਗਈ, ਹਰ ਪਾਸੇ ਪਾਣੀ। ਗੱਲ ਟੁੱਟਦੇ ਟੁੱਟਦੇ ਨਾਲ ਵਾਲੇ ਪਿੰਡ ਪਹੁੰਚ ਗਈ, ਉੱਥੇ ਤਾਂ ਚੌਧਰੀ ਆ ਗਿਆ, ਇੱਥੇ ਰਹਿਮਤ ਦੀ ਬਾਰਿਸ਼ ਕੀਤੀ, ਸਾਡੇ ਪਿੰਡ ਵੀ ਕਰਦੇ ਹੋ? ਅਜੇ ਗੱਲ ਕਰ ਰਹੇ ਸੀ, ਇੱਕ ਮੁਰੀਦ ਮੂੰਹ ਤੋਂ ਕੱਪੜਾ ਲਾ ਕੇ ਮੁਰਸ਼ਦ ਵਾਦਾ ਵੇਖ ਕੀ ਕਰਨਾ, ਬੱਦਲ ਬਹੁਤ ਥੱਕੇ ਜੇ, ਆਹ ਵੇਖੋ ਪਿਛਲੇ ਸਾਰੇ ਥੱਕੇ ਜੇ। ਤੁਹਾਡੇ ਚਿਹਰੇ ਤੇ ਰੌਣਕ ਆ ਗਈ, ਮੈਂ ਬਸ ਸਰਦਾਰ ਸਾਹਿਬ ਤੋਂ ਨਿਆਜ਼ ਲੈਣ ਵਾਸਤੇ ਕਿਸੇ ਦਾ ਹੋਰ ਪੜਦੇ ਆ ਤੇ ਤੁਸੀਂ ਬੋਲੋ ਨਾ ਬੋਲੋ, ਮੇਰੇ ਆ ਜੀ ਪਹਿਲੇ ਲਿਖ ਲੈ ਲਈ, ਇੱਥੇ ਹਾਲੀ ਰਹਿ ਨਹੀਂ, ਬਸ ਇਜਾਜ਼ਤ ਹੈ ਕਿਸੇ ਦਾ ਸੁਣਾਵਾ ਸਰ ਜੀ, ਇਜਾਜ਼ਤ ਤੋਂ ਨਹੀਂ ਕਿਸੇ ਦਾ ਸੁਣਾ ਦੇ, ਹਰ ਬੰਦੇ ਵਾਸਤੇ, ਇਸ ਬਾਦਸ਼ਾਹ ਵਾਸਤੇ। ਹੁਸੈਨ ਕੇ ਪਰਹੇਜ਼ ਕਰੋ, ਅਗਰ ਨਾਲਾ ਨਾ ਰਹੇ ਆਪਣੀ ਪਰੇਸ਼ਾਨੀ ਦੂਰ ਕਰੋ, ਹੱਥ ਬੁਲੰਦ ਕਰੋ, ਬੋਲੋ ਵੇਖੇ ਤੇ ਤੁਸੀਂ ਆ ਗਈ ਆਖਿਆ ਸ਼ੇਰ ਪੂਰਾ ਕਰਿਆ ਤੇ ਵਜੋ ਹਰਮਣੀ ਮੈਂ ਆ ਗਿਆ, ਦਿਨ ਬ ਦਿਨ ਇਮਾਮਤੋਂ ਕੀ ਜਾਨ ਬਣ ਗਿਆ, ਇਹ ਨਮਾਜ਼ ਹਲਮ ਕੀ ਅਜ਼ਾਨ ਬਣ ਗਿਆ, ਇਬਰਾਹਿਮ ਬਾਦੀ ਵਾਸਤੇ ਜੇ ਯਾਰ ਬਣ ਗਿਆ, ਤੁਸੀਂ ਅਲਮ ਖੁਦ ਨੀ ਲਾਇਆ, ਅਲਮ ਦੀ ਮਜਬੂਰੀ ਬਣ ਜਾਂਦੀ ਹੈ ਉਸ ਘਰ ਤੇ ਲੱਗਣ ਦੀ। ਪਤਾ ਨੀ ਕਿੱਥੇ ਗੁੰਮ ਹੋ ਗਏ ਸਾਰੇ, ਮੌਲਾ ਯਾਦ ਕਰ ਜਿਹੜੀ ਮੈਂ ਗੱਲ ਕਹਿ ਰਿਹਾ ਮਹਿਸੂਸ ਕਰ ਲੈ, ਮੌਲਾ ਜੀ ਸਰ ਇਹਨਾਂ ਨੂੰ ਗੁਰ ਦੇਣਾ ਥੋੜਾ ਜਿਹਾ ਕਰ ਲੈਣਾ ਕਬੂਲ, ਹਰ ਬੰਦੇ ਆਪਣੇ ਘਰ ਅਲਮਾਤ ਤੇ ਲਾਇਆ ਆਉਂ ਦਸਾਵਾ, ਅਲਮ ਦੇ ਕੇ ਕੀ ਵਜ੍ਹਾ ਕਰੀ ਆ ਗਿਆ, ਖੂਨ ਦੇ ਬਣ ਕੇ ਇਲਮ ਅਲਵਾ ਬਤੂਲ ਹੈ, ਇਸ ਦਾ ਪਹਿਲਾ ਹੈ ਵਹਾ ਜਹਾ ਬਤੂਲ ਹੈ। ਲੋ ਜੀ ਨੇ ਪਹੁੰਚੇ ਹੋ, ਅੱਲਾ ਠੰਡ ਘਟਦਾ ਸੀ ਮੇਰਾ
بھائی تھوڑا بولنے کا کہ خون کی سرکولیشن ہو جائے گی اور ڈساما سر چڑھا ہے علم کیوں آیا ہے توجہ کرنی میں آخر ہے خون علم دار بطول ہے اس کا پہلا ہے وہاں جہاں بطول ہے بسم اللہ کرم